ਡੂਮਨਾ ਮੱਖਿਆਲ ਲੜਨ ਨਾਲ 5 ਸਾਲਾ ਬੱਚੀ ਦੀ ਹੋਈ ਮੌਤ। ਰੋਟੀ ਦੇ ਭਾਂਡੇ ਰੱਖਣ ਤੋਂ ਬਾਅਦ ਲੜਿਆ ਸੀ ਮੱਖਿਆਲ, ਪਰਿਵਾਰ ਨੂੰ ਸਕੂਲ ਪ੍ਰਸ਼ਾਸਨ ਨੇ ਨਹੀਂ ਦਿੱਤੀ ਜਾਣਕਾਰੀ। ਹਸਪਤਾਲ 'ਚ ਇਲਾਜ ਦੌਰਾਨ ਹੋ ਗਈ ਬੱਚੀ ਦੀ ਮੌਤ। ਤਾਂ ਦੱਸ ਦੇ ਕਿ ਸਰਕਾਰੀ ਸਕੂਲ 'ਚ ਬੀਤੇ ਕੱਲ੍ਹ 5 ਸਾਲ ਦੀ ਬੱਚੀ ਦੇ ਡੂਮਣਾ ਲੜ ਜਾਂਦਾ, ਜਿਸ ਕਾਰਨ ਉਸਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਨੋਹਾ ਵਜੋਂ ਹੋਈ ਹੈ, ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪੜ੍ਹਨ ਲਈ ਜਾਂਦੀ ਸੀ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ, ਪਰੰਤੂ ਅੱਜ ਇਸ ਬੱਚੀ ਦੀ ਮੌਤ ਹੋ ਗਈ ਹੈ। ਤਾਂ ਘਟਨਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਨੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਨੇਹਾ ਦੀ ਨਾਨੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਬੀਤੀ ਕੱਲ੍ਹ ਵੀ ਉਹਨਾਂ ਦੀ ਦੋਹਤੀ ਸਕੂਲ ਗਈ ਸੀ। ਇਸ ਦੌਰਾਨ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਭਾਂਡੇ ਰੱਖਣ ਦੇ ਲਈ ਜਾਂਦੀ ਹੈ ਤਾਂ ਉਸ 'ਤੇ ਡੂਮਣਾ ਲੜ ਜਾਂਦਾ। ਬਾਵਜੂਦ ਇਸ ਦੇ ਸਕੂਲ ਪ੍ਰਬੰਧਕਾਂ ਵੱਲੋਂ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ, ਤਾਂ ਛੁੱਟੀ ਹੋਣ ਤੋਂ ਬਾਅਦ ਬੱਚੀ ਨੂੰ ਜਦੇ ਪਰਿਵਾਰ ਵਾਲੇ ਲੈਣ ਆਉਂਦੇ ਨੇ ਤਾਂ ਉਸ ਸਮੇਂ ਬੱਚੀ ਦੀ ਹਾਲਤ ਦਾ ਉਹਨਾਂ ਨੂੰ ਪਤਾ ਲੱਗਦਾ। ਉਹਨਾਂ ਦੱਸਿਆ ਕਿ ਕੱਲ੍ਹ ਉਹਨਾਂ ਵੱਲੋਂ ਪਿੰਡ ਦੇ ਹੀ ਡਾਕਟਰ ਨੂੰ ਉਸ ਬੱਚੀ ਨੂੰ ਜਾਂਚ ਦੇ ਲਈ ਦਿਖਾਇਆ ਗਿਆ, ਪਰੰਤੂ ਫਰਕ ਨਾ ਪੈਣ 'ਤੇ ਉਹ ਬੱਚੀ ਨੂੰ ਸਿਵਲ ਹਸਪਤਾਲ ਲੈ ਜਾਂਦੇ ਨੇ, ਜਿੱਥੇ ਅੱਜ ਇਸ ਬੱਚੀ ਦੀ ਮੌਤ ਹੋ ਗਈ ਹੈ। ਤਾਂ ਉਹਨਾਂ ਸਕੂਲ ਪ੍ਰਬੰਧਕਾਂ 'ਤੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਕੂਲ ਦੀ ਨਲਾਇਕੀ ਕਾਰਨ ਹੋਇਆ। ਪੀੜਿਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੁਣ ਸਕੂਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਸਕੂਲੇ ਕੱਲ੍ਹ 8:30 ਵਜੇ ਸਕੂਲੇ ਗਈ ਆ, ਮੰਮੀ ਇਹਦੀ 12:30 ਵਜੇ ਲੈਣ ਗਈ ਆ, ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ, ਇਹਦੇ ਸਿਰ 'ਚ ਜ਼ਿਆਦਾ ਲੜੀਆਂ ਸੀ। ਕੁੜੀ ਕੱਲ੍ਹ ਦੀਆਂ ਉਲਟੀਆਂ ਕਰਦੀ ਸੀ, ਅਸੀਂ ਕੱਲ੍ਹ 2 ਡਾਕਟਰ ਬਦਲੇ, ਸਾਨੂੰ ਨਹੀਂ ਯਕੀਨ ਆਇਆ, ਅਸੀਂ ਸਿਵਲ 'ਚ ਲਾਇਆ ਚੱਕ ਕੇ। ਸਿਵਲ 'ਚ ਵਾਲਿਆਂ ਨੇ ਟੀਕੇ ਲਾਏ ਆ, ਟੀਕੇ ਲਾ ਕੇ ਕਹਿੰਦੇ ਘਰ ਚੱਲ ਜਾਓ, ਜੇ ਲੋੜ ਪਈ ਤਾਂ ਸਵੇਰੇ ਆ ਜਾਇਓ। ਮੈਂ ਕਿਹਾ ਚੱਲ ਕੋਈ ਨਹੀਂ, ਜਿੱਦਾਂ ਕੁੜੀ ਸੁੱਤੀ ਉੱਠੀ ਆ ਨਾਲੇ ਉਲਟੀਆਂ ਆ ਗਈਆਂ, ਨਾਲੇ ਅਸੀਂ ਚੱਕ ਕੇ ਇੱਥੇ ਲਾਏ ਹਾਂ, ਇੰਨੀ ਆਕਸੀਜਨ ਲਾਈ ਆ, ਆਕਸੀਜਨ ਲਾ ਕੇ ਤਾਂ ਇਹਨੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ। ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ, ਤੁਸੀਂ ਆਪਣਾ ਬੱਚਾ ਲੈ ਜਾਓ ਆ ਕੇ, ਸਾਨੂੰ ਟੀਚਰਾਂ ਨੇ ਨਹੀਂ ਦੱਸੀਆਂ। ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ? ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ, ਲੈਣ ਗਈ ਆ, ਤਾਂ ਅਸੀਂ ਕਿਹਾ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ, ਜਿਹੜੀ ਬੇਟੀ ਦੀ ਡੈਥ ਹੋਈ ਆ। ਕਹਿੰਦੀ ਮੈਂ ਪਾਣੀ ਪੀਣ ਗਈ ਸੀ, ਟੀਚਰ ਕੰਮ ਉਹ ਕਹਿੰਦੀਆਂ ਥਾਲ ਰੱਖ ਕੇ ਆ ਨਾਲੇ ਪਾਣੀ ਪੀਆ। ਅਸੀਂ ਤਾਂ ਇਹ ਇਨਸਾਫ ਚਾਹੁੰਦੇ ਹਾਂ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਕੇ ਖਿਲਾ ਸਕਦੇ ਆ, ਸਰਕਾਰ ਬੱਚਿਆਂ ਨੂੰ ਅੰਦਰ ਬੈਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ, ਜਿਹੜੇ ਇੰਨੇ ਇੰਨੀਆਂ ਬੀਬੀਆਂ ਲਾਈਆਂ ਆ ਕੰਮਾਂ 'ਤੇ, ਤਨਖਾਹਾਂ ਲੈਂਦੀਆਂ, ਸਰਕਾਰਾਂ ਨੂੰ ਵਿਹਲੀਆਂ ਰਹਿੰਦੀਆਂ। ਹਾਂਜੀ 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 ਉਦੋਂ ਲੜੀਆਂ ਮੱਖੀਆਂ ਉਹਦੇ। ਕਿੰਨੀਆਂ ਮੱਖੀਆਂ, ਕਿੱਥੇ ਕਿੱਥੇ ਲੜੀਆਂ? ਸਿਰ 'ਚ ਲੜੀਆਂ, ਇੱਥੇ ਗਲੇ 'ਤੇ ਲੜੀ, ਹੱਥ 'ਤੇ ਲੜੀ ਆ। ਲੜੇ ਗਈਆਂ ਹੋਗੀਆਂ, 4-5 ਲੜੀਆਂ ਹੋ ਗਿਆ, ਕੁੜੀ 1 ਘੰਟਾ ਤੜਫੀ ਆ ਸਕੂਲ ਦੇ ਵਿੱਚ। ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ, ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਵੀ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦੇ ਮੱਖੀਆਂ। ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫਿਰ ਦੱਸਿਆ, ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ, ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ, ਨਾ ਕਿਸੇ ਸਟਾਫ ਨੇ ਦੱਸਿਆ, ਨਾ ਟੀਚਰਾਂ ਨੇ, ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ, ਨਾ ਸਾਨੂੰ ਉਹਨੀ ਦੱਸਿਆ। ਕਿਹੜਾ ਸਕੂਲ ਦਾ ਨਾਮ ਕੀ ਹੈ ਸਕੂਲ ਦਾ? ਪ੍ਰਾਇਮਰੀ। ਸਰਕਾਰੀ ਸਕੂਲ ਆ ਜੀ? ਹਾਂਜੀ। ਅਤੇ ਬੱਚੀ ਕਦੋਂ ਤੋਂ ਜਾ ਰਹੀ ਸੀ ਉੱਥੇ? ਬੱਚੀ ਦਾ ਕਿੰਨਾ ਚ 5ਵੇਂ ਸਾਲ 'ਚ ਜਾਂਦੀ ਪਈ ਆ।
ਅਤੇ ਸਾਨੂੰ ਤਾਂ ਇਨਸਾਫ ਚਾਹੀਦਾ, ਸਾਨੂੰ ਤਾਂ ਇਹ ਚਾਹੀਦਾ ਵੀ ਮੇਰੀ ਬੇਟੀ ਦੇ ਸਾਨੂੰ ਇੰਨੀ ਦੱਸਿਆ ਕਾਹਤੇ ਨਹੀਂ, ਅੱਜ ਸਾਡੇ ਨਾਲ ਹੋਈ ਆ, ਕੱਲ੍ਹ ਪੜ੍ਹਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਅਸੀਂ 3-4 ਵਾਰੀ ਫੋਨ ਕਰ ਚੁੱਕੇ ਵੀ ਸਾਡੀ ਬੱਚੀ ਜਾ ਰਹੀ ਸੀ, ਕਹਿੰਦੇ ਨਹੀਂ ਕੋਈ ਜ਼ਹਿਰੀਲੀ ਚੀਜ਼ ਖਾ ਲਿਆਊਗੀ, ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ, ਨਾ ਸਾਡੇ ਘਰ ਦੇ ਵਿੱਚ ਇੱਦਾਂ ਦੀ ਕੋਈ ਜ਼ਹਿਰੀਲੀ ਚੀਜ਼ ਹੈਗੀ ਆ। ਪਿੰਡ ਦੇ ਡਾਕਟਰ ਸੀ, ਦੋ ਡਾਕਟਰ ਬਦਲੇ, ਅਸੀਂ ਕਿਹਾ ਚੱਲ ਮਾੜ ਮੋਟੀਆਂ ਲੜੀਆਂ ਸੋਜ ਉੱਤਰ ਜਾਊਗੀ, 6 ਵਜੇ ਜ਼ਿਆਦਾ ਹੋ ਗਈ, ਅਸੀਂ ਰਾਤੀ ਇੱਥੇ ਲੈ ਆਏ, ਰਾਤੀ ਅਸੀਂ 10 ਵਜੇ ਗਏ ਇੱਥੋਂ, ਸਵੇਰੇ ਉੱਠ ਕੇ ਨਾਲੇ ਉਲਟੀ ਕੀਤੀ, ਨਾਲੇ ਉਲਟੀ ਕੀਤੀ ਅਸੀਂ ਇੱਥੇ ਲੈ ਆਏ, ਐਮਰਜੈਂਸੀ 'ਚ ਗਏ, ਐਮਰਜੈਂਸੀ ਵਾਲਿਆਂ ਨੇ ਸਾਨੂੰ ਇੱਧਰ ਭੇਜਿਆ, ਇੰਨੀ ਦਾਖਲ ਕੀਤੀ, ਗਲੂਕੋਜ਼ ਦੀਆਂ 2 ਬੋਤਲਾਂ ਚਾੜੀਆਂ, ਫਿਰ ਉਹਨੀ ਆਕਸੀਜਨ ਲਾ ਦਿੱਤੀ। ਸਾਨੂੰ ਇਨਸਾਫ ਚਾਹੀਦਾ ਸਕੂਲ ਵਾਲੋਂ, ਜਾਂ ਤਾਂ ਸਟਾਫ ਨਵਾਂ ਬਦਲ ਰੱਖ ਲੈਣ, ਉਹ ਕੰਮ ਵਾਲੀਆਂ ਉਠਾ ਦੇਣ, ਜਾਂ ਜਿਹੜੀ ਕੰਮ ਕਰਦੀਆਂ 4 ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ, ਦੇਖ ਨਹੀਂ ਸਕਦੀਆਂ ਬੱਚਿਆਂ ਨੂੰ, ਤਾਂ ਉਹਨਾਂ 'ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ, ਜਾਂ ਸਟਾਫ ਬਦਲਣ, ਮੈਂ ਤਾਂ ਇਹ ਚਾਹੁੰਦੀ ਹਾਂ। ਨੇਹਾ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਪ੍ਰਿੰਸੀਪਲ ਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ਤੁਹਾਨੂੰ ਡਿਊਟੀ ਤੋਂ ਲਿੱਥਿਆ ਜਾਵੇ, ਜ਼ਿਆਦਾ ਇਹਨੇ ਬੱਚਿਆਂ ਨੇ ਸਕੂਲਾਂ ਦੇ ਵਿੱਚ ਕੇਅਰ ਨਹੀਂ ਕਰਨੀ, ਸਾਨੂੰ ਇੱਕ ਹਾਂ ਬੱਚੇ ਦੀ ਜਾਨ ਬਚ ਸਕਦੀ ਸੀ, ਅਸੀਂ ਬਚਾ ਸਕਦੇ ਸੀ, ਪੈਸਾ ਲਾ ਦੇਣਾ ਸੀ ਅਸੀਂ, ਪਰ ਸਾਨੂੰ ਸਰਕਾਰ ਨੇ, ਪ੍ਰਿੰਸੀਪਲ ਨੇ ਸਾਡੇ ਨਾਲ ਧੋਖਾ ਕੀਤਾ, ਕਹਿੰਦੀ 1 ਬੱਚੇ ਦੇ ਨਹੀਂ ਲੜੀਆਂ, ਬਹੁਤ ਬੱਚਿਆਂ ਦੇ ਲੜੀਆਂ, ਕਹਿੰਦੇ ਤੁਹਾਡੇ ਕੋਈ ਗੱਲ ਨਹੀਂ, ਕੋਈ ਜ਼ਹਿਰੀਲੀ ਚੀਜ਼ ਖਾ ਲਊਗੀ, ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣੇ, ਬਿਨਾਂ ਪੁੱਛੇ ਤੋਂ ਚੀਜ਼ ਨਹੀਂ ਖਾਂਦੇ, ਉਹਦਾ ਦੁਕਾਨੋਂ ਵੀ ਪੈਕਟ ਲਿਆਉਣ ਤਾਂ ਉਹ ਵੀ ਮੰਮਾ ਖੋਲ ਦੇ। ਲੜਕੀ ਦਾ ਸਕੂਲ ਦੇ ਵਿੱਚ ਡੂਮਣਾ ਲੜ ਗਿਆ, ਜਿਹਦੇ ਨਾਲ ਉਹਨਾਂ ਦੇ ਕੱਲ੍ਹ ਦੌਰਾਨੇ ਇਲਾਜ, ਉਹਦੀ ਡੈਥ ਹੋ ਗਈ ਆ, ਸਕੂਲੇ ਪੜ੍ਹਨ ਜਾਂਦੀ ਸੀ ਤਾਂ ਉੱਥੇ ਕਿਤੇ ਡੂਮਣਾ ਲੜ ਗਿਆ, ਅਤੇ ਟੀਚਰਾਂ ਨੇ ਦੱਸਿਆ ਨਹੀਂ ਇਹਨਾਂ ਨੂੰ ਡੂਮਣਾ ਲੜ ਗਿਆ। ਡਾੜਾ ਪਿੰਡ, ਸਰਕਾਰੀ ਸਕੂਲ ਡਾੜਾ, ਡੂਮਣਾ ਲਾਉਣਾ ਨਾ, ਕਿਉਂ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਗੱਲ। ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ, ਲੜਕੀ ਤੋਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰਿਆ? ਮੈਂ ਦੱਸਦੇ ਵੀ ਉੱਥੇ ਡੂਮਣਾ ਨੇੜੇ ਲੱਗਿਆ, ਹੋਰ ਬੱਚਿਆਂ ਦਾ ਵੀ ਲੜਿਆ, ਇਹਨਾਂ ਦੇ ਕਹਿਣ ਦੇ ਮੁਤਾਬਕ ਇਹੀ ਕਹਿ ਰਹੇ ਵੀ ਹੋਰ ਬੱਚਿਆਂ ਦਾ ਵੀ ਲੜਿਆ, ਤਾਂ ਇਹਨਾਂ ਦਾ ਵੀ ਲੜਿਆ। ਅੱਜ ਦੇਖਦੇ ਹਾਂ ਪੋਸਟਮਾਰਟਮ ਤੋਂ ਬਾਅਦ ਫਿਰ ਕਰਦੇ। ਕਿੰਨੀ ਉਮਰ ਸੀ ਬੱਚੀ ਦੀ? 5 ਸਾਲ। ਕੀ ਨਾਮ? ਨੇਹਾ।